ਇਹ ਹੈ ਗੁਰਦੁਆਰਾ ਸ਼੍ਰੀ ਚੁਬੱਚਾ ਸਾਹਿਬ, ਜੋ ਮੁੱਖ ਗੁਰਦੁਆਰਾ ਸ਼੍ਰੀ ਥੰਮ ਸਾਹਿਬ ਤੋਂ ਕੋਈ 100 ਮੀਟਰ ਦੀ ਦੂਰੀ 'ਤੇ ਉੱਤਰ ਪੱਛਮ ਦਿਸ਼ਾ ਵਿੱਚ ਸਥਿਤ ਹੈ, ਜਿੱਥੇ 6ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੈਰ ਕਰਿਆ ਕਰਦੇ ਸਨ ਅਤੇ ਆਪਣਾ ਕਾਫੀ ਸਮਾਂ ਇੱਥੇ ਹੀ ਬਤੀਤ ਕਰਿਆ ਕਰਦੇ ਸਨ। ਜੋੜਾ ਸਾਹਿਬ ਪਾ ਲਈਏ ਜਾਂ ਲੈਂਦੀ ਜੋੜੇ ਜੋੜੇ ਤਾਰ ਛੜੀਏ ਤੇ ਹੈ ਕੋਈ ਉਹ ਥਾਂ ਪਿੱਛੇ ਕਵਰਾਂ ਵੀ ਹੈ ਨਾ ਬੜੀਆ ਥਾਂ ਬਹੁਤ ਕੁਝ ਇੱਥੇ ਇੱਥੇ ਯਾਰ ਇਹ ਸ਼ਹਿਰ ਦੇ ਵਿੱਚ ਹੈ ਖੇਤ ਸ਼੍ਰੀ ਹਰਗੋਬਿੰਦ ਸਾਹਿਬ ਜੀ ਅਤੇ ਉਹਨਾਂ ਦਾ ਜਰਨੈਲ ਪੈਂਦੇ ਖਾਂ ਇੱਥੇ ਹੀ ਚੌਪੜ ਖੇਡਿਆ ਕਰਦੇ ਸਨ। ਇਸ ਤੋਂ ਅੱਗੇ ਇਸ ਖੁੱਲ੍ਹੇ ਖੇਤਾਂ ਵਿੱਚ ਸਥਿਤ ਹੈ ਮਾਤਾ ਕੌਲਾ ਜੀ ਦੀ ਸਮਾਧੀ ਸਥਾਨ ਅਤੇ ਸਾਹਮਣੇ ਹੀ ਸਥਿਤ ਹੈ ਬਾਬਾ ਵੜਪਾਕ ਸਿੰਘ ਜੀ ਦਾ ਸਮਾਧੀ ਸਥਾਨ।
इस तों अलावा होर भी बहुत सारे दर्शनी स्थान हैं जो असी अपने अगले ब्लॉग विच आप जी नाल शेयर करांगे। तद तक वाहिगुरु जी का खालसा, वाहिगुरु जी की फतेह।